अज कुछ लोग ने उसकी वीडियो नू देख के देखो हादसे ठट्ठे भी करते ने भी किवें एक गुरु वाला होके हुण भज रहा है ते कई लोग हमदर्दी भी कर रहे ने भी गरीब मार होगी ते हुण तुसी इत्थे की कहना चाहुंदे हो भाई? पुलिस लग गई मगर वत पुलिस लग गई मगर प्रधानमंत्री बाजे के है ये एक दिमाग तो अपाहज बंदा है ते समझ लो भी इहनू सुध बुध नहीं रहिंदी नशा करदा है बंदा। मैं सुधा भी ला सकना ते बंदे दा पुत बन जा बाबा जी असीं तेरी इज्जत करने आ तू दूजा तीजा दिन नहीं उठदा चुप। देखो जी नशा करके बोलना तो जो मर्जी बोला इन्हें पता ही लगता सी मैं की बोलदा ने एक तुसी वीडियो वेखी होनी है एक रवनीत बिट्टू के खिलाफ हो रहा है एक संत ढिंडरी वाले के खिलाफ हो रहा है कितने रीना राय के खिलाफ हो रहा है। बिट्टू कदों टाइम पाउणा ही आ जी जदों टाइम पाउणा ही आ जी ते जेड़ा ढिंडरियां वाला चवला मारदा पिया बैठा मैं ढिंडरियां वाले नूं कहिंदा तू चवला मार नूं हट जा। ਥੋੜਾ ਵੀ ਗੱਲ ਲਾਉਣ ਦੀਆਂ ਗੱਲਾਂ ਕਰਦੇ ਸੀ ਥਾਪੀਆਂ ਮਾਰ ਮਾਰ ਕੇ ਵੀ ਅਸੀਂ। ਦੇਖੋ ਜੀ ਆਪਾਂ ਉਹਦੇ ਜੇ ਦਾ ਅਸਰ ਨਹੀਂ ਕੀਤਾ ਜੀ ਮੈਨੂੰ ਬੰਦਾ ਵੀ ਦਵਾਗੀ ਬਾਜ ਬੰਦਾ ਏ ਤੇ ਉਹਦੇ ਚ ਕੀ ਹੈ ਵੀ ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਮੰਤਰੀ 200 ਗ੍ਰਾਮ ਘੱਟ ਤੋਂ ਘੱਟ ਪੋਸਟ ਖਾਂਦਾ ਸੀ ਤਾਂ ਜੇ ਘਟਿਆ ਨਾ ਬੋਲੜੋ ਤਾਂ ਸਿੱਧੀ ਗੱਲ ਫਿਰ ਨਾ ਆਖੇ ਫਿਰ ਕੋਈ ਇਹਨਾਂ ਸੋਧਾ ਇਹਨੂੰ ਲੱਗ ਗਿਆ ਫਿਰ ਇਹਨੂੰ ਲੱਗ ਜਾਣਾ ਨਹੀਂ ਤੇ ਸੋਧਾ ਲੱਗਣਾ ਹੀ ਆਹੀ ਚੀਜ਼ਾਂ ਅੰਮ੍ਰਿਤਪਾਲ ਜੀ ਦੇ ਖਿਲਾਫ ਜਾਂਦੀਆਂ ਸੀ ਇਹੋ ਜਿਹੇ ਬੰਦਿਆਂ ਨੂੰ ਜਿਹੜਿਆਂ ਨੂੰ ਉਹਨਾਂ ਨੇ ਅੰਮ੍ਰਿਤ ਛਕਾਇਆ ਸੀ ਜਿਹੜੇ ਬੰਦੇ ਅੰਮ੍ਰਿਤ ਛਕ ਕੇ ਜਿਹੜੇ ਨੇ ਅੰਮ੍ਰਿਤ ਭੰਗ ਕਰਤਾ ਉਹਨਾਂ ਚੋਂ ਮੰਤਰੀ ਬਾਜੇ ਗਏ ਸੀ। ਇਹ ਮੈਂ ਚੌਧਰੀ ਕ੍ਰਿਸ਼ਨ ਲਾਲ ਨੂੰ ਇੱਕ ਗੱਲ ਹੋਰ ਕਹਿ ਦਿੰਦਾ ਆ ਚੌਧਰੀ ਰਹਿਣ ਇੱਕ ਵਾਲ ਤੇਰੇ ਵੀ ਨਹੀਂ ਉੱਥੇ ਦਿੰਦਾ ਇੱਕ ਮੋਰੀ ਤੇ ਇਹ ਹਿਸਾਬ ਲਾ ਲਈ ਕੋਈ ਸਮਾਜ ਸੇਵੀ ਵੱਲੋਂ ਹੀ ਬੁਲਾਇਆ ਗਿਆ ਸੀ ਵੀ ਚੌਧਰੀ ਕ੍ਰਿਸ਼ਨ ਲਾਲ ਸਮਾਜ ਦੇ ਮੁੱਦਿਆਂ ਤੇ ਬਹੁਤ ਜ਼ਿਆਦਾ ਹੈਵੀ ਹੋ ਗਿਆ ਹੁਣ ਇਸ ਟਾਈਮ ਤੇ ਇਹਦੀ ਪਕੜ ਕਾਫੀ ਸਮਾਜ ਨਾਲ ਬਣ ਗਈ ਹੈ ਵੀ ਇਹਨੂੰ ਡਾਊਨ ਕਰੋ ਉਹ ਤਾਂ ਕਰਕੇ ਉਹਨੂੰ ਬੁਲਾਇਆ ਸੀ ਉਹ ਬੋਲਿਆ ਸੀ ਇਹ ਬੰਦਾ ਨਾ ਨਾ ਹਟਿਆ ਹੁਣ ਇਦੂ ਬਾਅਦ ਇਹਦੇ ਘਰੇ ਜਾ ਕੇ ਇਹਦੇ ਨਾਲ ਹਿਸਾਬ ਕਿਤਾਬ ਕਰਨਾ ਤੇ ਨਾਲੇ ਇਹਦੀ ਹੈਕ ਤੇ ਗੋਡਾ ਰੱਖ ਕੇ ਪੁੱਛਣਾ ਵੀ ਦੱਸ ਸ਼ਿਕਾਰੇ ਸੀ ਅੰਮ੍ਰਿਤ ਸ਼ਿਕਾਰੇ ਸੀ ਨਸ਼ਾ ਬਹੁਤ ਵਧੀਆ ਮਹਿਮ ਚਲਾ ਲਈ ਸੀ ਉਹਨਾਂ ਨੇ ਪਰ ਜਦੋਂ ਇਹਨਾਂ ਲੋਕਾਂ ਦੀ ਖਾਤਰ ਤੱਤੇ ਬਿਆਨ ਦੇਣ ਲੱਗ ਪਏ ਉਹ ਥੋੜਾ ਜਿਹਾ ਐਂਟੀ ਜਾਵੜਿਆ ਸਿਸਟਮ। ਜੇ ਦੇਖਿਆ ਜਾਵੇ ਅੰਮ੍ਰਿਤਪਾਲ ਜੀ ਦੇ ਨਾਲ ਜਿਹੜੇ ਸਿੰਘ ਸੀ ਉਹ ਤਾਂ 5-4-6 ਮਹੀਨਿਆਂ ਤੋਂ ਸੜਕਾਂ ਤੇ ਸ਼ਰਿਆ ਮਸਲਾ ਲੈ ਕੇ ਘੁੰਮਦੇ ਸੀ ਉਦੋਂ ਸਰਕਾਰ ਨੇ ਐਕਸ਼ਨ ਕਿਉਂ ਨਹੀਂ ਲਿਆ? ਸਰਕਾਰ ਦਿਖਾ ਰਹੀ ਹੈ ਵੀ ਇਹਨਾਂ ਦੇ ਅਸਲੇ ਨਜਾਇਜ਼ ਹੈ ਜੀ ਔਰ ਉਹੀ ਤਾਂ ਪਹਿਲਾਂ ਇਸੇ ਕਰਕੇ ਪਰਚੇ ਦੇਣੇ ਸ਼ੁਰੂ ਕੀਤੇ ਸੀ ਇਹਨਾਂ ਨੇ ਵੀ ਕੰਮ ਡਿੱਗ ਜੇ ਪਰ ਕੰਮ ਨਹੀਂ ਡਿੱਗਿਆ ਜੀ ਇਸੇ ਕਰਕੇ ਇਹਨਾਂ ਨੂੰ ਇਹ ਐਕਸ਼ਨ ਕਰਨਾ ਪਿਆ। ਤੇ ਬੋਲ ਬਾਣੀ ਦੇਖੋ ਗੁਰੂ ਦਾ ਬਾਣਾ ਪਾ ਕੇ ਤੁਸੀਂ ਥਾਪੀਆਂ ਮਾਰਦੇ ਹੋ ਕਛਹਿਰੇ ਚੱਕ ਚੱਕ ਕੇ ਥਾਪੀਆਂ ਮਾਰਦੇ ਹੋ ਉੱਥੇ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਹੋ। ਪਿੱਛੇ ਜੇ ਇਹਨੂੰ ਟਾਰਗੇਟ ਕੀਤਾ ਢੰਡਰੀ ਵਾਲੇ ਸੰਤਾਂ ਨੂੰ ਟਾਰਗੇਟ ਕੀਤਾ ਇਹਨੇ ਬਈ ਉਹਨੇ ਯਾਰ ਕਿੰਨਾ ਮੇਰਾ ਖਿਆਲ ਤਾਂ ਉਹਨੇ ਕਰੋੜਾਂ ਬੰਦਿਆਂ ਨੂੰ ਅੰਮ੍ਰਿਤ ਛਕਾਇਆ ਹੋਣਾ ਉਸ ਬੰਦੇ ਨੇ ਤੁਸੀਂ ਉਹਨੂੰ ਵੀ ਟਾਰਗੇਟ ਕਰੀ ਇਹਦਾ ਮਤਲਬ ਇਹ ਸੀ ਵੀ ਇਹਨੂੰ ਬੁਲਾਇਆ ਜਾਂਦਾ ਸੀ ਬੁਲਾ ਕੇ ਤੇ ਉਸ ਤੋਂ ਬਾਅਦ YouTube ਤੋਂ ਪੈਸਾ ਆਉਂਦਾ ਸੀ ਬਸ ਕੰਮ ਚੱਲੀ ਜਾਂਦੇ ਇਹ ਲੋਕ ਮੋਰਚਾ ਭਾਲਦੇ ਆ। ਉਹਦੇ ਨਾਲ ਤੂੰ ਗੁੱਲੀ ਡੰਡਾ ਵੀ ਖੇਡਦਾ ਰਿਹਾ ਹੈ ਬਿੱਟੂ ਨੂੰ ਚੇਤੇ ਕਰ ਬਿੱਟੂ ਨਾਲ ਤੂੰ ਕੀ ਕਰਦਾ ਰਿਹਾ ਹੈ ਢੰਡਰੀਆਂ ਵਾਲਿਆ ਬਿੱਟੂ ਨਾਲ ਵੀ ਜਿਵੇਂ ਮੇਰੇ ਖਿਲਾਫ਼ ਬੋਲਿਆ ਸੀਗਾ ਕਿਵੇਂ ਮੇਰੇ ਘਰੇ ਮੇਰਾ ਖਿਆਲ ਵੀ ਬਹੁਤ ਜ਼ਿਆਦਾ ਟੈਨਸ਼ਨ 'ਚ ਰਿਹਾ ਮੇਰਾ ਪਰਿਵਾਰ ਜਦੋਂ ਇਹਨਾਂ ਨੇ ਕਿਹਾ ਤੌਰ ਤੇ ਗੋਡਾ ਰੱਖ ਲਾਂਗੇ ਸੀ ਆ ਗਏ ਉਹ ਇੱਕ ਟੁਕੜ ਬਹੁਤ ਜਾਂ ਨਿੰਘ ਹੋਰ ਸੀ ਜਿਵੇਂ ਜੂਨ ਪਤਾ ਨਹੀਂ ਕਿਹੜਾ ਸੀ ਜਿੱਥੇ ਮਿਲ ਗਿਆ ਅਸੀਂ ਧੌੜੀ ਲਾਉਣੋਂ ਨਹੀਂ ਹਟਣਾ ਫੇਰ ਭਾਵੇਂ ਜਿੱਥੇ ਮਰਜ਼ੀ ਆ ਜੀ ਅਸੀਂ ਉਹ ਗੱਲਾਂ ਕਰਦੇ ਹੁੰਦੇ ਹਾਂ ਅਸੀਂ ਭੁਲੇਖਾ ਭਲੂਖਾ ਸਾਡੇ ਭਰਾ ਦੀ ਰੱਖੀ ਨਾ ਕਿਤੇ। ਸਤਿ ਸ੍ਰੀ ਅਕਾਲ ਜੀ ਮੈਂ ਮੋਹਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਐਵਨ ਮੀਡੀਆ। ਦੋਸਤੋ ਗੱਲ ਕਰਦੇ ਹਾਂ ਆਪਾਂ ਅੱਜ ਪੰਜਾਬ ਦੇ ਜੋ ਹਾਲਾਤ ਨੇ ਉਹਨਾਂ ਬਾਰੇ। ਇਸ ਪੂਰੇ ਮਸਲੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਚੌਧਰੀ ਕਿਸ਼ਨ ਲਾਲ ਜੁੜੇ ਨੇ ਜੋ ਅਕਸਰ ਹੀ ਸਮਾਜ ਸੇਵਾ ਦਾ ਕੰਮ ਕਰਦੇ ਨੇ ਤੇ ਲੋਕ ਹਿੱਤਾਂ ਦੀ ਆਵਾਜ਼ ਚੁੱਕਦੇ ਨੇ। ਚੌਧਰੀ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ ਬਬੂਲ ਜੀ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਚੌਧਰੀ ਸਾਹਿਬ ਅੱਜ ਜੋ ਪੰਜਾਬ ਦੇ ਹਾਲਾਤ ਨੇ ਆਪਾਂ ਪਿਛਲੇ ਦਿਨਾਂ ਦੀ ਜੇ ਗੱਲ ਕਰੀਏ ਤਾਂ ਅੰਮ੍ਰਿਤਪਾਲ ਜੀ ਜਿਹੜੇ ਬੜੇ ਚਰਚਾ ਦੇ ਵਿੱਚ ਰਹੇ, ਦੇਖੋ ਇੱਕ ਵਹੀਰ ਸ਼ੁਰੂ ਕੀਤੀ ਜਿਹਦੇ ਵਿੱਚ ਬਹੁਤ ਲੋਕ ਨਾਲ ਜੁੜੇ। ਉਹ ਵਹੀਰ ਦਾ ਕੀ ਕੰਮ ਸੀ ਵੀ ਜਿਹੜੇ ਲੋਕ ਅੰਮ੍ਰਿਤ ਛਕਣਾ ਚਾਹੁੰਦੇ ਆ, ਗੁਰੂ ਵਾਲਾ ਬਣਨਾ ਚਾਹੁੰਦੇ ਆ, ਉਹ ਬਣ ਸਕਦੇ ਆ ਤੇ ਨਸ਼ੇ ਤੋਂ ਦੂਰ ਕਰਨ ਦਾ ਇੱਕ
ਯਤਨ ਸ਼ੁਰੂ ਕੀਤਾ ਗਿਆ। ਜੇ ਆਪਾਂ ਗੱਲ ਕਰੀਏ ਉਹ ਦਿਨਾਂ ਦੇ ਵਿੱਚ ਕੁਛ ਐਸੇ ਲੋਕ ਵੀ ਉਹਨਾਂ ਦੇ ਨਾਲ ਜੁੜੇ ਜਿਹੜੇ ਪਹਿਲਾਂ ਕੋਈ ਕਮੇਡੀ ਕਰਦਾ ਸੀ, ਕੋਈ ਕਾਫੀ ਮਤਲਬ ਲੋਕ ਚਰਚਾ ਦੇ ਵਿੱਚ ਰਹਿੰਦੇ ਸੀ ਆਪਣੇ ਆਪ ਨੂੰ ਸੋਸ਼ਲ ਮੀਡੀਆ ਦੇ ਉੱਤੇ ਪੇਜ ਬਣਾ ਬਣਾ ਕੇ, ਉਹਨਾਂ ਲੋਕਾਂ ਦੇ ਵਿੱਚ ਇੱਕ ਮੰਤਰੀ ਬਾਜੇ ਕੇ ਜਿਹਨੂੰ ਪ੍ਰਧਾਨ ਮੰਤਰੀ ਬਾਜੇ ਕੇ ਕਹਿੰਦੇ ਆ ਉਹ ਵੀ ਸੀ, ਜਿਹੜੇ ਤੁਹਾਡੇ ਖਿਲਾਫ਼ ਵੀ ਉਹਨਾਂ ਨੇ ਉਦੋਂ ਬੜੀਆਂ ਥਾਪੀਆਂ ਮਾਰ ਮਾਰ ਕੇ ਗੱਲਾਂ ਕੀਤੀਆਂ। ਅਸੀਂ ਇਹ ਨਹੀਂ ਕਹਿੰਦੇ ਵੀ ਉਹ ਕਿਉਂ ਗੁਰੂ ਵਾਲਾ ਬਣੇ ਆ, ਪਰ ਗੁਰੂ ਵਾਲਾ ਬਣਨ ਤੋਂ ਬਾਅਦ ਜੋ ਮਤਲਬ ਇੱਕ ਧਾਰਨਾ ਚਾਹੀਦੀ ਹੈ ਗੁਰਸਿੱਖ ਦੀ, ਉਹ ਧਾਰਨਾ ਤੇ ਖਰੇ ਨਹੀਂ ਉਤਰੇ। ਉਹ ਕਛਹਿਰਾ ਪਾ ਕੇ ਗੁਰੂ ਵਾਲੇ ਬਣ ਕੇ ਵੱਡੀ ਜੋ ਗੁਰੂ ਗ੍ਰੰਥ ਸਾਹਿਬ ਦੀ ਸ੍ਰੀ ਸਾਹਿਬ ਪਾ ਕੇ ਤਾਂ ਫਿਰ ਵੀ ਉਹਨਾਂ ਨੇ ਉਹੀ ਚੱਜ ਬਰਕਰਾਰ ਰੱਖੇ। ਅੱਜ ਕੁਝ ਲੋਕ ਨੇ ਉਹਦੀ ਵੀਡੀਓ ਨੂੰ ਦੇਖ ਕੇ ਦੇਖੋ ਹਾਸੇ ਠੱਠੇ ਵੀ ਕਰਦੇ ਨੇ ਵੀ ਕਿਵੇਂ ਇੱਕ ਗੁਰੂ ਵਾਲਾ ਹੋ ਕੇ ਹੁਣ ਭੱਜ ਰਿਹਾ, ਤੇ ਕਈ ਲੋਕ ਉਹਨਾਂ ਨਾਲ ਹਮਦਰਦੀ ਵੀ ਕਰ ਰਹੇ ਨੇ ਵੀ ਗਰੀਬ ਮਾਰ ਹੋ ਗਈ। ਤੇ ਹੁਣ ਤੁਸੀਂ ਇਹ ਤੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਮਕਬੂਲ ਜੀ, ਜਿਹੜਾ ਪ੍ਰਧਾਨ ਮੰਤਰੀ ਬਾਜੇ ਕੇ ਹੈ ਇਹ ਇੱਕ ਦਿਮਾਗ ਤੋਂ ਅਪਾਹਜ ਬੰਦਾ, ਤੇ ਸਮਝ ਲਓ ਵੀ ਇਹਨੂੰ ਸੁੱਧ ਬੁੱਧ ਨਹੀਂ ਰਹਿੰਦੀ, ਨਸ਼ਾ ਕਰਦਾ ਇਹ ਬੰਦਾ ਜੀ। ਇਹਨੂੰ ਜੋ ਵੀ ਕੋਈ ਕਹਿੰਦਾ ਉਹੀ ਇਹ ਬੋਲ ਦਿੰਦਾ ਕਿਉਂਕਿ ਦਿਮਾਗ ਤੋਂ ਅਪਾਹਜ ਹੈ। ਬਾਕੀ ਇਹਦਾ ਯੂਟਿਊਬ ਤੋਂ ਇਹਨੂੰ ਪੈਸਾ ਆਉਂਦਾ, ਪੇਜ ਤੋਂ ਇਹਨੂੰ ਪੈਸਾ ਆਉਂਦਾ, ਤੇ ਉਹਦੇ ਪੈਸੇ ਨਾਲ ਤੁਸੀਂ ਪਿੱਛੇ ਜੇ ਤੁਸੀਂ ਵੇਖਿਆ ਹੋਣਾ ਵੀ ਇਹਨੇ ਗੱਡੀ ਵੀ ਇੱਕ ਪਾਈ ਸੀ ਵੀ 18-20 ਲੱਖ ਦੀ ਗੱਡੀ ਲੈ ਲਈ, ਇੱਕ ਟਰੈਕਟਰ ਲੈ ਲਿਆ ਮੈਂ। ਦੇਖੋ ਇਹ ਪ੍ਰਧਾਨ ਮੰਤਰੀ ਬਾਜੇ ਕੇ ਆਪ ਨਹੀਂ ਬੋਲਦਾ ਸੀ, ਇਹਨੂੰ ਬੁਲਾਇਆ ਜਾਂਦਾ ਸੀ। ਨਹੀਂ ਪਰ ਇੰਨਾ ਦਿਮਾਗ ਵੀ ਹੈ ਨੀ ਵੀ ਅੱਜ ਇਹ ਗੱਲਾਂ ਬੋਲਣ ਵਾਲੀਆਂ ਹੈਗੀਆਂ ਕਿ ਨਹੀਂ? ਦੇਖੋ ਜੀ, ਨਸ਼ਾ ਕਰਕੇ ਬੋਲਣਾ ਤਾਂ ਜੋ ਮਰਜ਼ੀ ਬੁਲਾਈ, ਇਹਨੂੰ ਪਤਾ ਹੀ ਲੱਗਦਾ ਸੀ ਮੈਂ ਕੀ ਬੋਲਦਾ। ਇੱਕ ਤੁਸੀਂ ਵੀਡੀਓ ਵੇਖੀ ਹੋਣੀ ਹੈ, ਇੱਕ ਰਵਨੀਤ ਬਿੱਟੂ ਦੇ ਖਿਲਾਫ਼ ਬੋਲ ਰਿਹਾ, ਇੱਕ ਸੰਤ ਢਿੰਡਰੀ ਵਾਲਿਆਂ ਦੇ ਖਿਲਾਫ਼ ਬੋਲ ਰਿਹਾ, ਕਿਤੇ ਰੀਨਾ ਰਾਏ ਦੇ ਖਿਲਾਫ਼ ਬੋਲ ਰਿਹਾ, ਕਿਤੇ ਕਿਸੇ ਦੇ ਖਿਲਾਫ਼ ਬੋਲ ਰਿਹਾ, ਕਿਤੇ ਕਿਸੇ ਨੂੰ ਬੋਲ ਰਿਹਾ। ਤੇ ਤੁਹਾਨੂੰ ਤੁਹਾਡਾ ਵੀ ਗੱਲ ਲਾਉਣ ਦੀਆਂ ਗੱਲਾਂ ਕਰਦੇ ਸੀ ਥਾਪੀਆਂ ਮਾਰ ਮਾਰ ਕੇ ਵੀ ਅਸੀਂ। ਦੇਖੋ ਜੀ, ਆਪਾਂ ਉਹਦੇ ਚ ਇਹਦਾ ਅਸਰ ਨਹੀਂ ਕੀਤਾ ਜੀ, ਮੈਨੂੰ ਬੰਦਾ ਵੀ ਦਿਮਾਗੀ ਬਾਜ ਬੰਦਾ ਏ, ਤੇ ਉਹਦੇ ਚ ਕੀ ਹੈ ਵੀ ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਮੰਤਰੀ 200 ਗ੍ਰਾਮ ਘੱਟ ਤੋਂ ਘੱਟ ਪੋਸਟ ਖਾਂਦਾ ਸੀ, ਇਹ ਸਾਡੇ ਕੋਲੇ ਕਲੀਅਰ ਪਤਾ ਲੱਗ ਗਿਆ ਜਦੋਂ ਇਹਨੂੰ ਫੜ ਕੇ ਲਗਾਏ ਉੱਥੋਂ। ਨਹੀਂ ਚੌਧਰੀ ਸਾਹਿਬ, ਉਹ ਤਾਂ ਗੁਰੂ ਵਾਲਾ ਬਣ ਗਿਆ ਸੀ ਨਾ, ਗੁਰੂ ਵਾਲਾ ਬਣਨ ਤੋਂ ਬਾਅਦ ਤਾਂ ਏਦਾਂ ਦੀ ਗੱਲ ਸੋਭਾ ਹੀ ਨਹੀਂ ਦਿੰਦੀ। ਦੇਖੋ ਜੀ, ਆਹੀ ਚੀਜ਼ਾਂ ਅੰਮ੍ਰਿਤਪਾਲ ਜੀ ਦੇ ਖਿਲਾਫ ਜਾਂਦੀਆਂ ਸੀ, ਇਹੋ ਜਿਹੇ ਬੰਦਿਆਂ ਨੂੰ ਜਿਹੜਿਆਂ ਨੂੰ ਉਹਨਾਂ ਨੇ ਅੰਮ੍ਰਿਤ ਛਕਾਇਆ ਸੀ, ਜਿਹੜੇ ਬੰਦੇ ਅੰਮ੍ਰਿਤ ਛਕ ਕੇ ਜਿਹਨਾਂ ਨੇ ਅੰਮ੍ਰਿਤ ਭੰਗ ਕਰਤਾ, ਉਹਨਾਂ ਚੋਂ ਮੰਤਰੀ ਬਾਜੇ ਕੇ ਸੀ। ਇਹ ਆਪਦੀਆਂ ਵੀਡੀਓ ਪਾ ਪਾ ਕੇ ਕੋਈ ਏਡਾ ਇਹ ਉਹ ਹੈ ਨਹੀਂ ਸੀ ਜਿਹੜਾ ਇਹਦੇ ਤੇ ਐਕਟ ਲਾਤਾ। ਚਲੋ ਅਸੀਂ ਵੀ ਇਹ ਕਹਿੰਦੇ ਹਾਂ ਵੀ ਇੱਕ 72 ਬੰਦਾ ਸੀ, ਛੋਟਾ ਕਿਸਾਨ ਸੀ, ਪਰ ਇਹ ਪੈਸੇ ਦੀ ਖਾਤਰ ਹੀ ਅੱਜ ਗੱਡੀਆਂ ਫਿਰਦੀਆਂ ਵੀਡੀਓ ਪਾਉਂਦਾ ਰਹਿੰਦਾ ਸੀ। ਤਾਂ ਮੈਂ ਇੱਕ ਸਰਕਾਰ ਨੂੰ ਵੀ ਅਪੀਲ ਕਰੂੰਗਾ ਵੀ ਇਹ ਅਪਾਹਜ ਬੰਦੇ ਨੂੰ ਚਲੋ ਤੁਸੀਂ ਐਕਟ ਲਾਤਾ, ਤੇ ਇਹਦੇ ਵੱਲ ਖਿਆਲ ਕਰੋ ਵੀ ਐਡਾ ਮਾੜਾ ਵੀ ਬੰਦਾ ਇਹਨੇ, ਚਲੋ ਸਾਨੂੰ ਜੋ ਬੋਲ ਗਿਆ ਚਲੋ ਬੋਲ ਗਿਆ, ਅਸੀਂ ਤਾਂ ਇਹਦਾ ਅਸਰ ਵੀ ਨਹੀਂ ਕੀਤਾ, ਸਾਨੂੰ ਪਤਾ ਵੀ ਮੈਂਟਲੀ ਅਪਸੈਟ ਬੰਦਾ ਹੈ ਜੋ ਇਹਨੂੰ ਜਦੋਂ ਸਾਡੇ ਖਿਲਾਫ ਮਕਬੂਲ ਜੀ ਇਹਨੂੰ ਬੁਲਾਇਆ ਹੈ, ਉਹ ਬੰਦੇ ਦਾ ਨਾਂ ਵੀ ਲੈ ਗਿਆ, ਸਾਡੇ ਖਿਲਾਫ਼ ਬੋਲਿਆ ਵੀ ਹੈ, ਉਹ ਬੁਲਾਇਆ ਗਿਆ ਸੀ ਜੀ, ਕੋਈ ਸਮਾਜ ਸੇਵੀ ਵੱਲੋਂ ਹੀ ਬੁਲਾਇਆ ਗਿਆ ਸੀ ਵੀ ਚੌਧਰੀ ਕ੍ਰਿਸ਼ਨ ਲਾਲ ਸਮਾਜ ਦੇ ਮੁੱਦਿਆਂ ਤੇ ਬਹੁਤ ਜ਼ਿਆਦਾ ਹੈਵੀ ਹੋ ਗਿਆ ਹੁਣ ਇਸ ਟਾਈਮ ਤੇ, ਇਹਦੀ ਪਕੜ ਕਾਫੀ ਸਮਾਜ ਨਾਲ ਬਣ ਗਈ ਹੈ ਵੀ ਇਹਨੂੰ ਡਾਊਨ ਕਰੋ, ਉਹ ਤਾਂ ਕਰਕੇ ਉਹਨੂੰ ਬੁਲਾਇਆ ਸੀ, ਉਹ ਬੋਲਿਆ ਸੀ ਜੀ ਚੌਧਰੀ ਸਾਹਿਬ। ਪਰ ਜੇ ਅੱਜ ਦੀ ਗੱਲ ਕਰੀਏ ਤਾਂ ਏਦਾਂ ਇਹ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਆਪਣੀ ਬੋਲਬਾਣੀ ਕਰਕੇ ਆਪਣੀ ਹਰਕਤਾਂ ਕਰਕੇ ਤੇ ਇਹ ਇਹਦੇ ਤੇ ਪਰਚਾ ਦਰਜ ਹੋ ਗਿਆ? ਬਿਲਕੁਲ ਜੀ, ਹਰਕਤਾਂ ਕਰਕੇ ਇੱਕ ਰਿਪਲਾਈ ਦੇਣਾ, ਜੇ ਕਿਸੇ ਨੇ ਅੰਮ੍ਰਿਤਪਾਲ ਨੂੰ ਕੋਈ ਕੋਈ ਗੱਲ ਬੋਲ ਗਿਆ ਤੇ 5 ਮਿੰਟਾਂ ਬਾਅਦ ਹੀ ਰਿਪਲਾਈ ਦੇ ਦਿੰਦਾ ਸੀ ਵੀ ਅਸੀਂ ਮੂਹਰੇ ਹੋ ਕੇ ਮਰ ਜਾਂਗੇ ਜਾਂ ਮਾਰ ਜਾਂਗੇ ਜੇ ਕੋਈ ਅੰਮ੍ਰਿਤਪਾਲ ਵੱਲ ਅੱਖ ਕੌੜੀ ਕਰਕੇ ਦੇਖੂਗਾ। ਉਹ ਕਾਫੀ ਵੀਡੀਓ ਦੇਖੋ ਅਸੀਂ ਦੇਖਦੇ ਹਾਂ ਅਕਸਰ ਸੋਸ਼ਲ ਮੀਡੀਆ ਤੇ, ਤੇ ਉਹ ਵੀ ਅਸਰ ਹੋਇਆ ਗੱਲਾਂ ਦਾ, ਸੋਸ਼ਲ ਮੀਡੀਆ ਦਾ ਜ਼ਿਆਦਾ ਅਸਰ ਹੋਇਆ ਜੀ। ਇਹ ਸਰਕਾਰ ਨੂੰ ਇਹ ਲੱਗ ਗਿਆ ਕਿਉਂਕਿ ਉਹਦੇ ਨੇੜੇ ਇੰਨਾ ਹੈ ਨਹੀਂ ਸੀ ਇਹ ਬੰਦਾ, ਅੰਮ੍ਰਿਤਪਾਲ ਦੇ ਇੰਨਾ ਨੇੜੇ ਹੈ ਨਹੀਂ ਸੀ। ਸਾਨੂੰ ਪਤਾ ਸਾਡੀ ਇੱਕ ਵਾਰੀ ਗੱਲ ਵੀ ਹੋਈ ਸੀ ਉੱਥੇ, ਇੱਥੇ ਜਦੋਂ ਮੁਕਤਸਰ ਮਾਘੀ ਦਾ ਮੇਲਾ ਸੀ, ਪਰ ਇਹ ਉੱਥੋਂ ਇਹਨੂੰ ਪਾਸੇ ਕਰਤਾ ਸੀ ਵੀ ਤੂੰ ਬਦਨਾਮੀ ਕਰਾਉਣਾ ਵੀਰ ਸੀ, ਇੱਕ ਹੋਰ ਸੀ, ਇੱਕ ਹੋਰ ਖੋਤੀ ਟੁਕੜ ਬੋਚ ਨੰਗ ਜਾ ਸੀਗਾ, ਉਹ ਵੀ ਨਾਲ ਸੀਗਾ, ਉਹ ਤਾਂ ਉਹਨੂੰ ਤਾਂ ਪਤਾ ਲੱਗ ਗਿਆ ਵੀ ਸਾਡੇ ਤੇ ਆਹ ਐਕਸ਼ਨ ਹੋਣ ਵਾਲਾ, 2 ਮਹੀਨੇ ਪਹਿਲਾਂ ਹੀ ਭੱਜ ਗਿਆ। ਮਤਲਬ ਅੰਮ੍ਰਿਤਪਾਲ ਤੱਕ ਗੱਲਾਂ ਪਹੁੰਚ ਚੁੱਕੀਆਂ ਸੀ ਵੀ ਇਹ ਇੱਕ ਸਿੱਖ ਪੰਥ ਦੀ
अमृतपाल जी उल्ट जा रही अमृतपाल जी जिहड़ा शिकार है सी अमृत शिकार है सी नशा बहुत वधिया मुहिम चला ली सी उन्हां ने पर जदों इन्हां लोकां दी खातर तत्ते बयान देण लग पे ओह थोड़ा जिहा एंटी जा उड़िया सिस्टम जी चौधरी साहब अज दे हालात तुसी देख चुके हो पंजाब दे ते की हो रहा है देखो पहला सरकार ने की किया अज तो 6 महीने 7 महीने पहला जिहड़े हथियारां दी नुमाइश करदे सी चाहे सोशल मीडिया ते होवे चाहे कोई बरात च होवे जां किसे ने गोली चलाती लसंसी अपने पिस्टल नाल जां राइफल नाल उन्हां ते परचे दर्ज होए मत 6-6, 7-7 साल दे बच्चियां दीआं फोटोआं देख के भी परचे दर्ज हो गए सी पर जे देखा जाए अमृतपाल जी दे नाल जिहड़े सिंह सी ओह तां 5-4-6 महीनों तो सड़कां ते शरिया मसला लेके घूमदे सी उदों सरकार ने एक्शन क्यों नहीं लिया। देखो जी ये जिहड़ी अजराले वाली घटना हुई है ना मकबूल जी जी भी जिथे ढाल बनाया गया गुरु गुरु साहब नूं उत्थे सारे लोग ही कह रहे हैं मैं कल्ला नहीं कह रहा भी जेकर तुसीं इहो जी गल करनी सी तां यार सिद्धा मत्थे वजदे जाके SSP दे भी असीं आ गए जी हुण भी ओही गल है अजराले वाली घटना तो बाद लोग भी सहम गए थे भी इस तरह जे पंजाब च होना होण लग पिया ते किते 84 वाला गेड ना बन जाए मतलब हालात पंजाब दे बिगड़ ना जाण किते बिलकुल बिगड़ ना जाण हुण जिवें सरकार दिखा रही है भी इहनां दे असले नजायज है जी और ओही तां पहला इसे करके परचे देने शुरू किते सी इहनां ने भी कम टिक जाए पर कम नहीं टिकिया जी इसे करके इहनां नूं इह एक्शन करना पिया ये कोई इन्हों का एक्शन नहीं ये सेंटर दी सरकार का एक्शन है इनू हरेक एजेंसी NIA भी देख रही है और भी जिहड़ी एजेंसी वो हरेक देख रही है जी भी ये सिस्टम किधर नूं बन गया पंजाब दा भी पंजाब दा माहौल वधिया शांत सीगा चंगे लोकां नूं वधिया हुण सिस्टम बनिया विया सी पर ये पंजाब च इक्के वारी क्यों फिर हिल गया के चौधरी साहब जदों कोई गुरु वाला बनदा किसी संस्था दे नाल जुड़दा है इन्हां दे अमृतपाल जी दे नाल भी इदां दे काफी लोग जुड़े ते इह भी जुड़िया सी जिहदी आपां गल्लबात करदे आं बाजे के वाला ते इह मुड़ के कम्मकार की करदे ने इह मतलब की कम्म करदे आ चलो गुरु वाले बन गए उस तों बाद अपना कम्मकार छड्ड के उधर ही तुर पैंदे आ फिर मतलब इह तां नहीं गुरु कहिंदे वी तुसीं जदों मैनूं धारना कर लिया धारनी बन गए तुसीं उस तों बाद अपने कम्मकार ही छड्ड दो सिर्फ लोकां बारे गलत बोलदे रहो जुड़िया होया ने भी मैनू कहा चौधरी तेन हम अमृत छका देना है मैं क्या यस करती थी भी मैं पटना साहब आके जिथे जथेदार लगे उथे छकूंगा जी अमृत छकाउणा ते अमृत नूं रखणा उहदे च दिन रात दा फर्क है इह अमृतपाल जी नूं चाहीदा सीगा भी इह बंदे अमृत रख सकदे आ कि नहीं रख सकदे अमृत तां छकाता पर इहनां ने रख्या नहीं मतलब इह नहीं भी जिहड़ा भी आवे अमृत छक लो जिहड़ा भी आवे अमृत छक लो कुछ ना कुछ नियम हुंदे ने जिहड़े उह नियम पहलां जे कोई बंदा खरा उतरदा है तां ही गुरु वाला धारनी उहनूं बणाउणा चाहीदा है हां बिलकुल जी हुण तुसीं मंत्री लै लो बाजे के ते लै लो जदों दे ने अमृत छकिया है मेरा ख्याल अमृत गोलियां फिर भी खांदा है मैं उदों इसे करके मैं तहि च बोलिया सी आपदी वीडियो दे विच भी जदों मंत्री तूं मेरे मुकदमे च तैनूं असीं अरैसट करावांगे तेरा डॉप टेस्ट करावांगे फिर इहनां नूं भी पुछांगे भी आ अमृत बंदे ने छकिया सी अज इह फिर नशा करी जांदा इस करके मैं कहिंदा चौधरी साहब कई वारी सवाल किते अमृतपाल जी नूं लोकां ने जां मीडिया ने ओह फिर ओह वी अग्गों तहि च आ के कहिंदे सी मैं हुण कल्ले कल्ले दी राखी थोड़ी कर लूंगा ਨਹੀਂ ਗੱਲ ਸਹੀ ਉਹਨਾਂ ਦੀ ਵੀ ਗੱਲ ਸਹੀ ਵੀ ਮੈਂ ਕਿਹੜਾ ਇੱਕ ਵਾਰੀ ਅਮਰ ਛਕਾਤਾ ਉਹ ਤੋਂ ਬਾਅਦ ਕਿਹੜਾ ਮੈਂ ਕਿਹੜਾ ਨਾਲ ਨਾਲ ਤੁਰਿਆ ਫਿਰਦਾ ਇਹਨਾਂ ਦੇ ਪਤਾ ਨਹੀਂ ਕੀ ਕੁਛ ਕਰਦੇ ਫਿਰਦੇ ਇਹ ਤਾਂ ਇਹਨਾਂ ਦਾ ਫਰਜ਼ ਹੈ ਵੀ ਅਮਰਤ ਰੱਖਣਾ ਕਿ ਨਹੀਂ ਰੱਖਣਾ ਜ਼ਰੂਰੀ ਨਹੀਂ ਵੀ ਅੱਜ ਹੀ ਤੁਸੀਂ ਜਾ ਕੇ ਅਮਰਤ ਵਾਲੇ ਧਾਰਨੀ ਬਣ ਜਾਓ ਗੁਰੂ ਵਾਲੇ ਤੁਸੀਂ ਸਮਾਂ ਲਓ ਜੇ ਤੁਹਾਨੂੰ ਲੱਗਦਾ ਤੁਸੀਂ ਪਹਿਲਾਂ ਸਹੀ ਦਿਸ਼ਾ ਵੱਲ ਚੱਲੋ ਉਸ ਤੋਂ ਬਾਅਦ ਗੁਰੂ ਵਾਲੇ ਬਣੋ ਵੀ ਉਸ ਤੋਂ ਬਾਅਦ ਤੁਹਾਡੇ ਤੋਂ ਕੋਈ ਉਂਗਲੀ ਨਾ ਕਰ ਸਕੇ ਮੈਂ ਤੁਹਾਨੂੰ ਉਹੀ ਮਕਬੂਲ ਜੀ ਗੱਲ ਕੀਤੀ ਹੈ ਵੀ ਮੇਲਾ ਮਾਘੀ ਨੂੰ ਹੁਣ 3-2 ਮਹੀਨੇ ਹੋ ਚੱਲੇ ਮੇਰਾ ਵੀ ਇਰਾਦਾ ਮੈਂ ਗੁਰੂ ਵਾਲਾ ਬਣਨਾ ਅਮਰ ਛਕਣਾ ਮੈਂ ਪਰ ਛਕੂਗਾ ਮੈਂ ਬਾਬਾ ਮੇਜਰ ਸਿੰਘ ਸੋਢੀ ਦੇ ਹੱਥੋਂ ਠੀਕ ਹੈ ਜੀ ਨੀਲੇ ਬਾਣੇ ਜਿਹੜਾ ਨੀਲਾ ਬਾਣਾ ਸ਼ਾਂਤੀ ਦਾ ਚਿੰਨ ਨੀਲਾ ਬਾਣਾ ਜਿਹੜਾ ਨੀਲੇ ਬਾਣੇ ਚ ਰਹਿੰਦੇ ਨਾ ਮੈਂ ਉਹਨਾਂ ਤੋਂ ਛਕੂਗਾ ਅਮਰ ਤੋਂ ਠੀਕ ਹੈ ਨਾ ਛਕੂਗਾ ਮੈਂ ਵੀ ਪਰ ਸਾਰੇ ਮੈਂ ਤਾਂ ਕਹਿੰਦਾ ਵੀ ਗੁਰੂ ਵਾਲੇ ਬਣੋ ਸਾਰੇ ਪਰ ਆਹ ਕੰਮ ਨਾ ਕਰੋ ਗੁਰੂ ਵਾਲੇ ਬਣ ਕੇ ਗੁਰੂ ਦੀ ਬਾਣੀ ਤਾਂ ਕਹਿੰਦੀ ਹੈ ਕਿਰਤ ਕਰੋ ਵੰਡ ਛਕੋ ਕਿਸੇ ਨੂੰ ਮਾੜਾ ਨਾ ਬੋਲੋ
ਇਹ ਤਾਂ ਜਿੰਨੇ ਦੇਖੋ ਮੈਂ ਸਾਰਿਆਂ ਨੂੰ ਨੀ ਕਹਿੰਦਾ, ਜਿੱਦਾਂ ਇੱਦਾਂ ਦੇ ਲੋਕ ਸੀ ਜਿਹੜੇ ਡਿਫਾਲਟਰ ਜੁੜ ਗਏ ਨਾਲ, ਉਹਨਾਂ ਨੇ ਨਾ ਤਾਂ ਆਪਣੀ ਕਿਰਤ ਕਰਨੀ ਵੀ ਛੱਡਤੀ ਤੇ ਬੋਲ ਬਾਣੀ ਦੇਖੋ ਗੁਰੂ ਦਾ ਬਾਣਾ ਪਾ ਕੇ ਤੁਸੀਂ ਥਾਪੀਆਂ ਮਾਰਦੇ ਹੋ, ਕਛਹਿਰੇ ਚੱਕ ਚੱਕ ਕੇ ਥਾਪੀਆਂ ਮਾਰਦੇ ਹੋ, ਉੱਥੇ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਹੋਣਗੇ। ਹਾਂ ਉਹੀ ਹੈ ਜੀ, ਹੁਣ ਇਹਨੇ ਪਿੱਛੇ ਜੇ ਇਹਨੂੰ ਟਾਰਗੇਟ ਕੀਤਾ, ਢੰਡਰੀ ਵਾਲੇ ਸੰਤਾਂ ਨੂੰ ਟਾਰਗੇਟ ਕੀਤਾ ਇਹਨੇ, ਬਈ ਉਹਨੇ ਯਾਰ ਕਿੰਨਾ ਮੇਰਾ ਖਿਆਲ ਤਾਂ ਉਹਨੇ ਕਰੋੜਾਂ ਬੰਦਿਆਂ ਨੂੰ ਅੰਮ੍ਰਿਤ ਛਕਾਇਆ ਹੋਣਾ ਉਸ ਬੰਦੇ ਨੇ, ਤੁਸੀਂ ਉਹਨੂੰ ਵੀ ਟਾਰਗੇਟ ਕਰੀਏ। ਇਹਦਾ ਮਤਲਬ ਇਹ ਸੀ ਵੀ ਇਹਨੂੰ ਬੁਲਾਇਆ ਜਾਂਦਾ ਸੀ, ਬੁਲਾ ਕੇ ਤੇ ਉਸ ਤੋਂ ਬਾਅਦ ਯੂਟਿਊਬ ਤੋਂ ਪੈਸਾ ਆਉਂਦਾ ਸੀ, ਬਸ ਕੰਮ ਚੱਲੀ ਜਾਂਦੇ। ਇਹ ਲੋਕ ਮੋਰਚਾ ਭਾਲਦੇ ਆ, ਫਿਰ ਇਹਦੇ ਨਾਲੋਂ ਤਾਂ ਕਮੇਡੀ ਹੀ ਚੰਗੀ ਹੈ ਜੀ। ਪਹਿਲਾਂ ਕਿਤੇ ਕਹਿੰਦੇ ਕਮੇਡੀ ਕਰਦਾ ਸੀ ਤਾਂ ਕੀ ਲੋੜ ਸੀ ਫਿਰ ਇੱਦਾਂ, ਦੇਖੋ ਨਾਲ ਤਾਂ ਬਦਨਾਮੀ ਹੁੰਦੀ ਹੈ। ਅੱਜ ਪਰਿਵਾਰ ਤੋਂ ਦੂਰ ਹੋ ਗਿਆ, ਪਰਚੇ ਦਰਜ ਹੋ ਗਏ ਇਸ ਬੋਲਬਾਣੀ ਕਰਕੇ, ਤੇ ਆਪਣੀ ਕਮੇਡੀ ਕਰਦੇ ਤੇ ਆਪਣਾ ਜੋ ਤੁਰੀ ਫੁਲਕਾ ਚਲਾਉਂਦੇ। ਬਸ ਉਹੀ ਤਾਂ ਗੱਲ ਹੈ ਜੀ, ਇਹ ਫਿਰ ਉਹ ਭਾਲ ਲੈਂਦੇ ਨਾ, ਇਹਨਾਂ ਨੇ ਤਾਂ ਸੰਦ ਭਾਲ ਲਿਆ ਆਪਦਾ ਵੀ ਚੱਲ ਅੰਮ੍ਰਿਤ ਛਕ ਲਿਆ, ਵੀ ਅੰਮ੍ਰਿਤ ਕਿਹੜਾ ਮੈਨੂੰ ਕਿਸੇ ਨੇ ਬੁਲਾਉਣਾ। ਹੁਣ ਅਸੀਂ ਇਹੋ ਜਿਹੀਆਂ ਚੀਜ਼ਾਂ ਸਾਡੇ ਕੋਲੇ ਪਈਆਂ ਵੀ ਅਸੀਂ ਚੱਲ ਹੁਣ ਇਹਦੇ ਤੇ ਬੋਲ ਨੀ ਸਕਦੇ ਵੀ ਅੰਮ੍ਰਿਤ ਛਕ ਕੇ ਮੰਤਰੀ ਕਿੱਥੇ ਕਿੱਥੇ ਜਾ ਕੇ ਆਇਆ, ਅਸੀਂ ਤਾਂ ਬੋਲ ਨੀ ਸਕਦੇ। ਪਰ ਰੌਲਾ ਤਾਂ ਇਹ ਹੈ ਨਾ ਵੀ ਅੰਮ੍ਰਿਤ ਨੂੰ ਰੱਖਣਾ ਬੜਾ ਔਖਾ ਜੀ ਛਕ ਕੇ। ਹੁਣ ਛਕਣ ਨੂੰ ਤਾਂ ਮੈਂ ਵੀ ਬਾਗੀ ਤੇ ਛਕ ਲੈਂਦਾ ਮੇਲੇ ਤੇ, ਪਰ ਅਸੀਂ ਅਜੇ ਟਾਈਮ ਲੱਗੂਗਾ, ਅਸੀਂ ਵੇਖ ਕੇ ਹਿਸਾਬ ਕਿਤਾਬ, ਅਜੇ ਟਾਈਮ ਲੱਗੂਗਾ, ਛਕਾਂਗੇ ਅਸੀਂ ਵੀ ਗੁਰੂ ਵਾਲੇ ਬਣਾਂਗੇ। ਪਰ ਇੱਕ ਚੀਜ਼ ਹੈ ਮਕਬੂਲ ਜੀ, ਮੈਂ ਲਾਸਟ ਤੇ ਇੱਕ ਗੱਲ ਕਰ ਦਿੰਦਾ ਵੀ ਜਿਵੇਂ ਮੇਰੇ ਖਿਲਾਫ਼ ਬੋਲਿਆ ਸੀਗਾ, ਕਿਵੇਂ ਮੇਰੇ ਘਰੇ ਮੇਰਾ ਖਿਆਲ ਵੀ ਬਹੁਤ ਜ਼ਿਆਦਾ ਟੈਨਸ਼ਨ ਚ ਰਿਹਾ ਮੇਰਾ ਪਰਿਵਾਰ, ਜਦੋਂ ਇਹਨਾਂ ਨੇ ਕਿਹਾ ਤੁਹਾਨੂੰ ਤੇ ਗੋਡਾ ਰੱਖ ਲਾਂਗੇ ਅਸੀਂ ਆ ਗਏ, ਉਹ ਇੱਕ ਟੁਕੜ ਬਹੁਤ ਜਿਹਾ ਨਿੰਘ ਹੋਰ ਸੀ, ਜਵੈਣ ਜੂਣ ਪਤਾ ਨੀ ਕਿਹੜਾ ਸੀ, ਤੇ ਇੰਨਾ ਪਰਿਵਾਰ ਮੇਰਾ ਸਦਮੇ ਚ ਰਿਹਾ ਉਦੋਂ ਵੀ ਯਾਰ ਕਿ ਨਾ ਹੋਵੇ ਕਿਤੇ ਰਸਤੇ ਚ ਘੇਰ ਲੈਣ, ਕੱਲਾ ਜਾਂਦਾ ਇਹ, ਤੇ ਇਹਨਾਂ ਚੀਜ਼ਾਂ ਚ ਅਸੀਂ ਬਹੁਤ ਜ਼ਿਆਦਾ ਟੈਨਸ਼ਨ ਰਹੇ। ਪਰ ਮੈਂ ਇੱਕ ਚੀਜ਼ ਹੁਣ ਲਾਸਟ ਤੇ ਜ਼ਰੂਰ ਕਹੂੰਗਾ, ਬਈ ਮੈਨੂੰ ਤਾਂ ਲੱਗਦਾ ਵੀ ਜਿਹੜਾ ਬੰਦਾ ਦੇਖੋ ਜਿਹੜਾ ਬੰਦਾ ਨਸ਼ਾ ਕਰਦਾ ਨਾ, ਉਹਨੂੰ ਨਸ਼ਾ ਨਾ ਮਿਲਿਆ ਜੀ, ਉਹਨੂੰ ਲੂਜ ਮੋਸ਼ਨ ਲੱਗ ਜਾਂਦੇ ਆ ਜੀ, ਤੇ ਮੰਤਰੀ ਨੇ ਤਾਂ ਜਹਾਜ਼ ਦੀਆਂ ਸੀਟਾਂ ਲਵੇੜਤੀਆਂ ਹੋਣੀਆਂ ਲੱਗਦੀਆਂ ਮੈਨੂੰ ਜੀ, ਜੇ ਜਹਾਜ਼ ਦੀਆਂ ਸੀਟਾਂ ਲਵੇੜਦੀਆਂ ਉਹਨੇ ਨਸ਼ਾ ਨੀ ਮਿਲਣਾ ਉੱਥੇ ਜੀ। ਜਿਹੜਾ ਬੰਦਾ 200 ਗ੍ਰਾਮ ਪੋਸਤ ਖਾਣ ਵਾਲਾ ਬੰਦਾ ਉਹ ਕਿਵੇਂ ਘੱਟ ਜੂਗਾ। ਬਿਲਕੁਲ ਸਹੀ ਹੈ ਤੁਹਾਡੀ, ਇਸ ਕਰਕੇ ਮੈਂ ਸਰਕਾਰ ਨੂੰ ਵੀ ਅਪੀਲ ਹੈ, ਅਫਸਰਾਂ ਨੂੰ ਵੀ ਅਪੀਲ ਹੈ ਵੀ ਮੰਤਰੀ ਬਾਰੇ ਚਲੋ ਜੋ ਸਾਨੂੰ ਬੋਲ ਗਿਆ ਬੋਲ ਗਿਆ, ਮਾਤੜ ਬੰਦਾ ਉਹ, ਤੇ ਮੈਂ ਦਿਮਾਗੀ ਪਾਜ ਹੈ ਵੀ ਉਹਦੇ ਤੇ ਥੋੜੀ ਜੀ ਦਇਆ ਕਰੋ। ਮਤਲਬ ਫਿਰ ਵੀ ਤੁਸੀਂ ਹਮਦਰਦੀ ਰੱਖਦੇ ਹੋ? ਫਿਰ ਵੀ ਅਸੀਂ ਹਮਦਰਦੀ ਰੱਖਦੇ, ਚਲੋ ਸਾਡੇ ਨਾਲ ਆਉਂਦਾ ਹੁੰਦਾ ਇੱਕ ਵਾਰੀ ਮਿਲ ਜਾਂਦਾ ਸੀ, ਪਰ ਉਹ ਦਿਲ ਦਾ ਮਾੜਾ ਨਹੀਂ ਸੀ। ਪਰ ਆਹ ਜਿਹੜਾ ਜਦੋਂ ਅੰਮ੍ਰਿਤ ਛਕਿਆ ਨਾ, ਉਸ ਤੋਂ ਬਾਅਦ ਲੋਕਾਂ ਨੇ ਉਹਨੂੰ ਬੋਲਣਾ ਸ਼ੁਰੂ ਕਰਤਾ, ਵਧੀਆ ਕਮੇਡੀ ਕਰਦਾ ਸੀ, 4 ਪੈਸੇ ਆਉਂਦੇ ਸੀ। ਹੁਣ ਮਕਬੂਲ ਜੀ ਨੇ ਟਰੈਕਟਰ ਲਿਆਂਦਾ, ਇਹਨੇ ਗੱਡੀ ਲਿਆ 18-20 ਲੱਖ ਦੀ, ਹੁਣ ਉਹਦੀਆਂ ਕਿਸ਼ਤਾਂ ਕਿੱਥੋਂ ਭਰੂਗਾ? ਅੱਗੇ ਤਾਂ ਯੂਟਿਊਬ ਤੋਂ ਪੈਸਾ ਆਈ ਜਾਂਦਾ ਸੀ, ਹੁਣ ਤਾਂ ਨੀ ਕਿਹੜੇ ਵੀਡੀਓ ਕਰਨ ਦੇਣੀ ਅੰਦਰ ਬੈਠੇ ਨੂੰ। ਮੈਂ ਚੌਧਰੀ ਸਾਹਿਬ ਕਹਿਣ ਦਾ ਮਤਲਬ ਇਹ ਹੈ, ਤੁਸੀਂ ਸੋਸ਼ਲ ਮੀਡੀਆ ਯੂਜ ਕਰੋ, ਕਮੇਡੀ ਕਰੋ, ਹਸਾਓ, ਸਾਰਾ ਕੁਛ ਕਰੋ, ਪਰ ਜਦੋਂ ਤੁਸੀਂ ਗੁਰੂ ਵਾਲੇ ਬਣ ਗਏ ਉਦੋਂ ਹਰਕਤਾਂ ਨੇ ਜਿਹੜੀਆਂ ਤੁਹਾਨੂੰ ਛੱਡਣੀਆਂ ਪੈਣੀਆਂ ਨੇ, ਨਹੀਂ ਤਾਂ ਕਿਤੇ ਨਾ ਕਿਤੇ ਤੁਸੀਂ ਕਿਸੇ ਉਡੀਕੇ ਚ ਫਸ ਹੀ ਜਾਓਗੇ। ਬਿਲਕੁਲ ਜੀ, ਇਹ ਲੋਕ ਹੈ ਨਾ ਜਿਹੜੇ ਯੂਟਿਊਬ ਪੇਜ ਜਿਹਨਾਂ ਨੂੰ ਪੈਸੇ ਆਉਂਦੇ ਆ, ਫਿਰ ਜ਼ਿਆਦਾ ਬਕਵਾਸ ਕਰਦੇ ਆ, ਜ਼ਿਆਦਾ ਉਹੋ ਜਿਹੀਆਂ ਗੱਲਾਂ ਕਰਦੇ ਵੀ ਸਾਡੇ ਵਿਊ ਵਧਣ, ਤੇ ਸਾਡਾ ਵੀ ਪੇਜ ਹੈਗਾ, ਸਾਡਾ ਵੀ ਯੂਟਿਊਬ ਹੈਗਾ, ਪਰ ਸਾਡਾ ਪੇਡ ਨੀ ਨਾ, ਅਸੀਂ ਉਹ ਅਸੀਂ ਸਮਾਜ ਦੇ ਹੱਕ ਚ ਹੀ ਬੋਲਣਾ, ਅਸੀਂ ਜਿਹੜਾ ਮੁੱਦੇ ਤੇ ਬੋਲਣਾ। ਚੌਧਰੀ ਸਾਹਿਬ, ਜੇ ਕੋਈ ਚੰਗੀ ਗੱਲ ਹੁੰਦੀ ਆ ਉਹਨੂੰ, ਜੇ ਇਹ ਨੀ ਵੀ ਲੱਖਾਂ ਕਰੋੜਾਂ ਲੋਕ ਦੇਖਣਗੇ, ਜੇ ਤੁਹਾਨੂੰ 100 ਬੰਦੇ ਦੇਖਦੇ ਆ, 100 ਚੋਂ 2, 4, 5, 7 ਵੀ ਸਿੱਧੇ ਰਸਤੇ ਤੇ ਚੱਲਦੇ ਆ, ਤਾਂ ਉਹਦੀ ਕੀਮਤ ਪੈਂਦੀ ਆ। ਜੇ ਕੋਈ ਮਾੜੀ ਗੱਲਬਾਤ ਤੁਸੀਂ ਵਾਇਰਲ ਕਰਦੇ, ਉਹਨੂੰ ਕਰੋੜਾਂ ਬੰਦੇ ਵੀ ਦੇਖ ਲੈਣ, ਤਾਂ ਉਹਦਾ ਕੋਈ ਫਾਇਦਾ ਨਹੀਂ। ਦੇਖੋ ਜੀ, ਇਹਨਾਂ ਲੋਕਾਂ ਨੂੰ ਕਮੈਂਟਾਂ ਦਾ ਤਾਂ ਕੋਈ ਫਰਕ ਨਹੀਂ ਪੈਂਦਾ, ਜੋ ਥੱਲਿਓ ਜੋ ਮਰਜ਼ੀ ਗਾਲਾਂ ਕੱਢੀ ਜਾਵੇ, ਕੋਈ ਕੁਛ ਲਿਖੀ ਜਾਵੇ, ਇਹਨਾਂ ਨੂੰ ਕੋਈ ਇਹਨਾਂ ਨੂੰ ਮਤਲਬ ਪੈਸੇ ਦਾ, ਸਾਨੂੰ ਮਤਲਬ ਹੈ ਸਾਡੇ ਸਮਾਜ ਦੇ। ਪਰ ਇਹ ਉਦੋਂ ਤਾਂ ਬੋਲਿਆ ਸੀ ਮੰਤਰੀ ਮੇਰੇ ਖਿਲਾਫ਼ ਕਿ ਇੱਕ ਹੋਰ ਵੀ ਸਮਾਜ ਤੇ ਵੀ ਹੈ, ਉਹ ਸਾਹਮਣੇ ਨਹੀਂ ਆਏ, ਉਹ ਸਾਡੇ ਖਿਲਾਫ਼ ਬੋਲ ਗਿਆ ਵੀ ਯਾਰ ਸਮਾਜ ਜਿਹੜਾ ਸਮਾਜ ਦੇ ਹੱਕ ਚ ਬੋਲਦਾ ਨਾ, ਉਹਨੂੰ ਬੰਦੇ ਨੂੰ ਛੱਡਦੇ ਆ ਇਹ, ਵੀ ਇਹਨੂੰ ਢਾ ਲਓ। ਦੇਖੋ ਸਮਾਜ ਸੇਵੀ ਬਹੁਤ ਨੇ, ਇਹ ਨੀ ਵੀ ਤੁਸੀਂ ਦੂਜੇ ਨੂੰ ਟਾਰਗੇਟ ਕਰੋ। ਬਿਲਕੁਲ ਜੀ ਬਿਲਕੁਲ, ਕਈ ਤਾਂ ਸਮਾਜ ਸੇਵੀ ਦਾ ਉਹ ਆਪਦਾ ਫੱਟਾ ਲਾਈ ਫਿਰਦੇ ਵੀ ਅਸੀਂ ਸਮਾਜ ਸੇਵੀ ਹਾਂ ਜੀ, ਕੰਮ ਉਹਨਾਂ ਦੇ ਬਲੈਕਮੇਲੀ ਵਾਲੇ। ਚੌਧਰੀ ਸਾਹਿਬ, ਅੱਜ ਜੇ ਹੁਣ ਲਾਸਟ ਦੇ ਵਿੱਚ ਆਪਾਂ ਗੱਲ ਕਰੀਏ, ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਕੀ ਅਪੀਲ ਕਰਨੀ ਚਾਹੁੰਦੇ ਹੋ ਲੋਕਾਂ ਨੂੰ, ਸਾਡੇ ਦਰਸ਼ਕਾਂ ਨੂੰ? ਮੇਰੀ ਦੇਖੋ ਜੀ, ਮੇਰੀ ਅਪੀਲ ਇਹ ਹੈ ਸਾਰੇ ਪੰਜਾਬ ਦੇ ਵਾਸੀਆਂ ਨੂੰ ਕਿ ਕਾਨੂੰਨ ਨੂੰ ਆਪਦੇ ਹੱਥ ਚ ਨਾ ਲਓ। ਜੇਕਰ ਪ੍ਰੋਟੈਸਟ ਕਰਨਾ ਸ਼ਾਂਤਮਈ ਦਾ ਵੀ ਪ੍ਰੋਟੈਸਟ ਹੋ ਸਕਦਾ ਹੈ, ਤੇ ਮੈਂ ਅੰਮ੍ਰਿਤਪਾਲ ਜੀ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਆਪਣੇ ਆਪ ਜਿਵੇਂ ਤੁਹਾਡੇ ਚਾਚਾ ਜੀ ਨੇ ਸਰੈਂਡਰ ਕਰਦਾ ਸਰੈਂਡਰ ਕਰ ਦਿਓ, ਕਿਉਂਕਿ ਕੋਈ ਨੁਕਸਾਨ ਨਾ ਹੋਵੇ।
ਨੁਕਸਾਨ ਨਾ ਹੋਵੇ ਪੰਜਾਬ ਦਾ, ਜਿੱਥੇ ਵੀ ਨੁਕਸਾਨ ਹੋਣਾ ਪੰਜਾਬ ਦੇ ਲੋਕਾਂ ਦਾ ਹੋਣਾ, ਪੰਜਾਬ ਦੇ ਸੱਭਿਆਚਾਰ ਦਾ ਇਹਨਾਂ ਦਾ ਨੁਕਸਾਨ ਹੋਣਾ ਤੇ ਪੰਜਾਬ ਦੀ ਖੁਸ਼ਹਾਲੀ ਦਾ ਨੁਕਸਾਨ ਹੋਣਾ, ਬਾਹਰਲੀਆਂ ਸਟੇਟਾਂ ਦਾ ਨੁਕਸਾਨ ਨਹੀਂ। ਬਾਹਰਲੇ ਬਾਹਰ ਵੇਖੋ ਜਾ ਕੇ, ਜਿਹੜੇ ਸਾਡੇ ਲੋਕ ਪੰਜਾਬ ਦੇ ਬਾਹਰ ਬੈਠੇ ਆ ਨਾ ਸਿੱਖ, ਉਹਨਾਂ ਨੂੰ ਪੁੱਛੋ ਜਾ ਕੇ ਵੀ ਪੰਜਾਬ ਦੇ ਵਿੱਚ ਸਹੀ ਹੋ ਰਿਹਾ ਜਾਂ ਗਲਤ ਹੋ ਰਿਹਾ। ਚੌਧਰੀ ਸਾਹਿਬ, ਤੁਹਾਨੂੰ ਲੱਗਦਾ ਵੀ ਜਦੋਂ ਵੀ ਕੋਈ ਏਦਾਂ ਦੇ ਹਾਲਾਤ ਪੈਦਾ ਹੁੰਦੇ ਨੇ, ਜਿਹੜੇ ਲੋਕ ਕੋਈ ਨੌਕਰੀ ਪੇਸ਼ਾ ਨੇ, ਕੋਈ ਦਿਹਾੜੀ ਵਾਲੇ ਨੇ, ਕੋਈ ਆਪਣਾ ਖੇਤੀ ਕਰਦਾ, ਤੇ ਸਭ ਤੋਂ ਵੱਧ ਘਾਟਾ ਉਹਨਾਂ ਨੂੰ ਹੁੰਦਾ ਇਸ ਚੀਜ਼ ਦਾ? ਦੇਖੋ ਜੀ, ਉਹ ਤਾਂ ਹੁਣ ਪੈਣਾ ਹੀ ਪੈਣਾ ਜੀ, ਉਹਨਾਂ ਨੂੰ ਤਾਂ ਘਾਟਾ ਤਾਂ ਪਊਗਾ ਹੀ। ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਵੀ ਨੁਕਸਾਨ ਜਿੱਥੇ ਮਰਜ਼ੀ ਲਾ ਲਓ ਪੰਜਾਬ ਦਾ ਹੀ ਹੈ। ਪੰਜਾਬ ਦੀ ਨੌਜਵਾਨੀ ਦਾ ਹੋ ਗਿਆ, ਪੰਜਾਬ ਦੇ ਕੰਮਕਾਰ ਦਾ ਹੋ ਗਿਆ, ਪੰਜਾਬ ਦੀ ਖੁਸ਼ਹਾਲੀ ਦਾ ਹੋ ਗਿਆ, ਪੰਜਾਬ ਦੇ ਬਿਜ਼ਨਸ ਦਾ ਹੋ ਗਿਆ, ਪੰਜਾਬ ਦੀਆਂ ਕੋਈ ਫੈਕਟਰੀਆਂ ਜੋ ਵੀ, ਨੁਕਸਾਨ ਹੋਣਾ ਪੰਜਾਬ ਦਾ ਹੋਣਾ, ਜੋ ਵੀ ਹੋਊਗਾ ਨੁਕਸਾਨ ਪੰਜਾਬ ਦਾ ਹੋਊਗਾ। ਮੇਰੀ ਹੱਥ ਜੋੜ ਕੇ ਅਪੀਲ ਹੈ ਸੀਐਮ ਭਗਵੰਤ ਮਾਨ ਸਾਹਿਬ ਨੂੰ ਵੀ ਇਹ ਚੀਜ਼ ਨੂੰ ਥੋੜਾ ਜਿਹਾ ਉਸ ਹਿਸਾਬ ਨਾਲ ਲਓ ਤਾਂ ਕਿ ਟਿਕ ਜੇ ਮਾਮਲਾ ਸਾਰਾ ਇਹ ਗੱਲਬਾਤ। ਠੀਕ ਹੈ ਜੀ, ਥੈਂਕ ਯੂ। ਅੱਜ ਦੇ ਹਾਲਾਤਾਂ ਬਾਰੇ ਗੱਲਬਾਤ ਸਾਡੀ ਚੱਲ ਰਹੀ ਸੀ ਚੌਧਰੀ ਕਿਸ਼ਨ ਲਾਲ ਦੇ ਨਾਲ, ਜਿਨ੍ਹਾਂ ਨੇ ਕਿਹਾ ਵੀ ਜਦੋਂ ਵੀ ਕੋਈ ਏਦਾਂ ਦਾ ਮਾਹੌਲ ਬਣਦਾ ਹੈ ਤਾਂ ਉਹਦੇ ਵਿੱਚ ਘਾਟਾ ਆਮ ਲੋਕਾਂ ਨੂੰ, ਪੰਜਾਬ ਵਾਸੀਆਂ ਨੂੰ ਹੁੰਦਾ, ਕਿਉਂਕਿ ਹਰ ਬੰਦੇ ਨੇ ਆਪਣਾ ਦਿਨ ਜਿਹੜਾ ਕੰਮ ਤੋਂ ਸ਼ੁਰੂਆਤ ਕਰਨੀ ਹੈ, ਕੋਈ ਨੌਕਰੀ ਵਾਲੇ ਨੇ ਆਪਣੇ ਦਫ਼ਤਰ ਜਾਣਾ, ਦਿਹਾੜੀ ਵਾਲੇ ਨੇ ਦਿਹਾੜੀ ਕਰਨੀ ਹੈ। ਜਦੋਂ ਹਾਲਾਤ ਵਿਗੜਦੇ ਨੇ ਤਾਂ ਸਭ ਤੋਂ ਜ਼ਿਆਦਾ ਮਾਰ ਇਹ ਲੋਕਾਂ ਨੂੰ ਪੈਂਦੀ ਹੈ। ਨਾਲ ਹੀ ਗੱਲਬਾਤ ਕੀਤੀ ਮੰਤਰੀ ਬਾਜੇਕੇ ਬਾਰੇ, ਹਮਦਰਦੀ ਵੀ ਦਿਖਾਈ ਹੈ ਪਰ ਕਹਿੰਦੇ ਵੀ ਇਹ ਆਪਣੀਆਂ ਕਰਤੂਤਾਂ ਕਰਕੇ, ਆਪਣੀ ਬੋਲਬਾਣੀ ਕਰਕੇ ਜਿਹੜਾ ਅੱਜ ਇਹ ਅੜਿੱਕੇ ਦੇ ਵਿੱਚ ਫਸਿਆ। ਚਲੋ ਫਿਰ ਵੀ ਅਸੀਂ ਸਾਰੇ ਰੱਬ ਨੂੰ ਅਰਦਾਸ ਕਰਦੇ ਹਾਂ, ਜੇ ਕੋਈ ਨਜਾਇਜ਼ ਇਸ ਕੇਸ ਦੇ ਵਿੱਚ ਚੱਕਿਆ ਜਾਂਦਾ, ਫਸਿਆ ਜਾਂਦਾ ਤਾਂ ਕਾਨੂੰਨ ਉਹਨਾਂ ਦੇ ਵੀ ਧਿਆਨ ਦੇਵੇ, ਸਾਡੀ ਸਰਕਾਰ ਵੀ ਧਿਆਨ ਦੇਵੇ, ਕਿਉਂਕਿ ਜੇ ਕੋਈ ਨਜਾਇਜ਼ ਇਸ ਕੇਸ ਵਿੱਚ ਜਾਂਦਾ ਉਹਦਾ ਪਰਿਵਾਰ ਹੈ, ਉਹਦੀ ਫੈਮਿਲੀ ਹੈ, ਬੱਚੇ ਨੇ, ਤੇ ਕਿਸ ਤਰ੍ਹਾਂ ਉਹ ਸਮਾਂ ਗੁਜ਼ਾਰੇਗਾ। ਤੇ ਫਿਰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਅਸੀਂ ਨਹੀਂ ਕਹਿੰਦੇ, ਜੇ ਅੱਜ ਦੇ ਲੋਕ ਕਹਿੰਦੇ ਨੇ ਵੀ ਜਦੋਂ ਵੀ ਕੋਈ ਅੰਮ੍ਰਿਤ ਵਾਲਾ ਜਾਂ ਗੁਰੂ ਵਾਲਾ ਬਣਦਾ ਤਾਂ ਘੱਟੋ ਘੱਟ ਉਹ ਆਪਣੀ ਜ਼ਬਾਨ ਤੇ ਲਗਾਮ ਰੱਖੇ, ਆਪਣੀ ਮਿਹਨਤ ਕਰੇ, ਤੇ ਜੋ ਗੁਰੂ ਦੀ ਹਦਾਇਤ ਆ, ਗੁਰੂ ਦੇ ਜੋ ਵਚਨ ਨੇ ਉਹਨਾਂ ਤੇ ਖਰਾ ਉਤਰੇ, ਤਾਂ ਹੀ ਫਿਰ ਉਹਨੂੰ ਗੁਰੂ ਵਾਲਾ ਮੰਨਿਆ ਜਾ ਸਕਦਾ। ਜੇ ਉਸ ਤੋਂ ਬਾਅਦ ਵੀ ਗੁਰੂ ਵਾਲਾ ਬਣਨ ਤੋਂ ਬਾਅਦ ਵੀ ਥਾਪੀਆਂ ਮਾਰਨੀਆਂ ਨੇ ਪੱਟਾਂ ਤੇ ਕਛਹਿਰੇ ਚੱਕ ਚੱਕ ਕੇ, ਤਾਂ ਫਿਰ ਕਿਤੇ ਨਾ ਕਿਤੇ ਉਹ ਲੋਕਾਂ ਦੀਆਂ ਨਜ਼ਰਾਂ 'ਚ ਆ ਜਾਂਦਾ। ਤਾਂ ਜਿਹੜੇ ਕੋਈ ਕਿਸੇ ਵੀ ਤਰ੍ਹਾਂ ਕਿਸੇ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਗਲਤ ਜ਼ਬਾਨ ਵਰਤਦੇ ਹਾਂ ਜਾਂ ਗਲਤ ਕੰਮ ਕਰਦੇ ਹਾਂ ਤਾਂ ਉਹਨਾਂ ਦੀ ਸਜ਼ਾ ਆਪਾਂ ਨੂੰ ਭੁਗਤਣੀ ਪੈਂਦੀ ਹੈ।